ਆਊਜ਼ ਬਿੱਲਾਹਿ ਮਿਨ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਹਾਂਜੀ, ਅਸਲਾਮ ਅਲੈਕੁਮ ਮਾੜੇ ਭੈਣਾਂ ਤੋਂ ਮੈਂ ਭਰਾ ਉਮੀਦ ਕਰਸਾਂ ਸਾਰੇ ਭੈਣਾਂ ਭਰਾ ਠੀਕ ਠਾਕ ਹੋ ਸੋ, ਖੁਸ਼ਬਾਸ ਹੋ ਸੋ ਅਤੇ ਅੱਲਾਹ ਤਾਲਾ ਨੇ ਹਿੱਸੋ ਅਮਾਨੀ ਚ ਸੋ। ਮੈਂ ਹਾਂ ਸੁਭਾਨ ਜੱਟ, ਤੁਸਾਂ ਤੱਕ ਹੀ ਰਹੋ ਜੀ ਮਾੜਾ ਯੂਟਿਊਬ ਚੈਨਲ ਸੁਭਾਨ ਜੱਟ ਔਫੀਸ਼ਲ। ਸਾਰਿਆਂ ਤੋਂ ਪਹਿਲੇ ਮਾੜੇ ਯੂਟਿਊਬ ਚੈਨਲ ਕੀ ਸਬਸਕ੍ਰਾਈਬ ਲਾਈਕ ਸ਼ੇਅਰ ਤੱਕ ਮੈਂ ਲਾਜ਼ਮੀ ਕਹਿ ਛੁੜਿਆ। ਫਿਰ ਸ਼ੁਰੂ ਕਰਨਾ ਜੀ ਆਨੀ ਮਜ਼ੇਦਾਰ ਵੀਡੀਓ। ਹਾਂਜੀ ਮਾੜੇ ਪੈਣਾ ਤੋਂ ਮਾਏ ਪ੍ਰੋਮੀ ਕੀ, ਅੱਜ ਸੰਡੇ ਨੇ ਛੁੱਟੀ ਹੈ, ਨਾਲੇ ਜੀ ਹੁਣ ਮੌਸਮ ਆਈ ਗਿਆ, ਫਸਲਾਂ ਕੱਟਣੇ ਨਾ ਸਾਰੀਆਂ ਹੁਣ ਪੱਕਣੀਆਂ ਜਾਣੀਆਂ, ਆਹਿਸਤਾ ਆਹਿਸਤਾ ਲੋਕ ਹੁਣ ਕੱਟੀ ਰਹੇ ਨੂੰ। ਹੁਣ ਅਸਾਂ ਘਰੇ ਨਾ ਪਿੱਛੇ ਜਿਹੜੀ ਬਾੜੀ ਸੀ ਜੇ ਮੈਂ ਕੁੱਕੜੀ ਜਾਣੀ ਹੋਣੀ ਸੀ, ਜਿਸ ਕੀ ਕੁੱਤਾ ਲੱਪੜੀ ਕਹਿੰਦਾ। ਅੱਛਾ ਜੀ, ਉਹ ਜਿਹੜੀਆਂ ਨਾ ਬਾੜੀ ਸਾਰੀ ਕੱਟੀ ਛੋੜਨੀਆਂ, ਹੁਣ ਜਿਹੜੀਆਂ ਨਾ ਗੜੀ ਲਾਉਣੇ ਲੱਗੇ ਹੁਣ ਅਲੱਦਾ ਅਲੱਦਾ ਹਰ ਜਗ੍ਹਾ, ਅਤੇ ਬਾਕੀ ਜੁਨੇ ਆ ਫਿਰ ਤੁਸੀਂ ਦੱਸਣੇ ਅੱਗੇ ਜਿਹੜੀਆਂ ਫਸਲਾਂ। ਕੁਝ ਬੰਦੇ ਕੱਟੀ ਰਹਿੰਦਾ, ਕੁਝ ਆਪਣੀ ਬਾੜੀਆਂ 'ਚ ਸਾਰੀਆਂ ਜਿਹੜੀਆਂ ਸਨ ਫਸਲਾਂ ਉਹ ਕੱਟੀ ਛੋੜੀਆਂ। ਇਹ ਅਸਾਂ ਘਰੇ ਨੇ ਪਾ ਰਹਿਣੀਆਂ ਜਿਹੜੀਆਂ ਫਸਲਾਂ, ਇਹ ਵੀ ਨਾਲੋ ਨਾਲ ਜੀ ਕੱਟੀ ਰਹਿਣ, ਕੁਝ ਅੱਜ ਰਹਿਣੀਆਂ ਤਾਂ ਕੁਝ ਕੱਟ ਰਹਿਣ। ਬਾਜਰੇ ਨਹੀਂ ਆ ਫਿਲਹਾਲ, ਬਾਜਰਾ ਪੱਕਿਆ। ਅੱਛਾ ਜੀ, ਬਾਜਰਾ ਪੱਕਿਆ ਹੈ। ਅੱਗੇ ਸੁਣਤਾ ਸੀ ਜਦੋਂ ਇਹ ਖੁਮਾ ਪੱਕਣੀਆਂ ਲੱਗੀਆਂ ਉੱਥੇ ਬਾਜਰਾ ਕੱਚਾ ਸੀ, ਹੁਣ ਇਹ ਥੋੜ੍ਹਾ ਹੋਰ ਪੱਕ ਸੀ। ਅੱਛਾ ਜੀ, ਇਹ ਜਿਹੜੇ ਟਾਂਡੇ ਨੇ ਜਦੋਂ ਪੱਕ ਸਨ ਫਿਰ ਇਹਨੇ ਕੱਟੀ ਛੋੜ ਸਨ। ਫਿਰ ਇਹ ਹਰਿਆੜੀ ਜਿਹੜੀ ਸੋਹਣੀ ਸੋਹਣੀ ਹਰਿਆੜੀ ਆ ਅਸਾਂ ਘਰੇ ਨੇ ਪਾਲ, ਇਹ ਜਿਹੜੀਆਂ ਨਾ ਇਸਨੀ ਰੌਣਕ ਸਾਰੀ ਖਤਮ ਹੋਈ ਜਾ ਸੀ। ਹਾਂਜੀ, ਤੱਕੀ ਸਕਦੇ ਹੋ ਜੀ, ਇਹ ਆਸਣ ਘੜੇ ਨੇ ਪਹਾੜ ਵਾਲੀ ਜਿਹੜੀ ਫਸਲ ਹੈ ਇਹ ਜੀ ਕੱਟੀ ਛੋੜੀ ਹੈ, ਪਹਾੜ ਸਾਹਮਣੇ ਗਾਂ ਵੀ ਖਲਤੀ ਵੀ ਆ। ਇਹ ਤੱਕੀ ਸਕਦੇ ਹੋ ਗੜੀ ਲਾਈ ਛੋੜੀ ਨਾ, ਜ਼ਬਰਦਸਤ ਗੜੀ ਛੋੜਿਆ ਇਹ ਨਾਲੇ ਜੀ। ਬਾਅਦ ਦੇ ਜਿਸ ਕਿ ਕੱਪੜੇ ਨਾ ਟੋਕੇ ਨਾਲ ਇੱਕ ਮਸ਼ੀਨ ਹੋਣੀ ਹੈ, ਅਤੇ ਇਹ ਚੜਾਉਣੇ ਨਾ ਬਾਕੀ ਜਿਹੜੇ ਪੱਤੇ ਛੱਤੇ ਹੋਣੇ ਨਾ ਇੰਨੇ ਕੱਪੀ, ਅਤੇ ਫਿਰ ਇੰਨਾ ਜਿਹੜਾ ਮਾਲ ਡੰਗਰ ਨਾ ਇੰਨਾ ਕਿ ਫਿਰ ਬਾਣੇ ਫਿਰ ਜ਼ੋਰ ਖਾਣੇ। ਇਸ ਸਾਈਡ ਵੀ ਤੱਕੀ ਸਕਦੇ ਹੋ, ਇਸ ਸਾਈਡ ਜੀ ਵੱਧ ਸਾਣੇ ਜਿਹੜੀ ਆ ਨਾ ਉਹ ਕੱਟੀ ਛੋੜੀ ਹੈ, ਇਹ ਜਿਹੜੀ ਫਸਲ ਹੈ ਇਸ ਸਾਈਡ ਵਾਲੀ। ਇਹ ਤੁਸੀਂ ਦੱਸਣਾ ਹੋਣਾ ਅਕਸਰ ਜਿਹੜੇ ਦੁੱਧ ਮੈਂ ਕਿਨਣ ਜਾਣਾ ਹੋਣਾ, ਅਤੇ ਤੁਸੀਂ ਦੱਸਣਾ ਹੋਣਾ ਇਹ ਇਸਲੇ ਜਿਹੜੀ ਹੈ ਨਾ ਫਸਲ ਜਿਹੜੀ ਹੈ ਨਾ ਇਸਲੇ ਗੱਠੀ ਕਰੀ ਛੋਣਨ, ਇਸਲੇ ਪਤਾ ਲੱਗਣਾ ਕੋਈ ਇਸਲੇ ਘਾਟ ਜਿਹਾ ਬੰਦੇ ਆ, ਇਸ ਤਰ੍ਹਾਂ ਥੋੜ੍ਹਾ ਫੀਲ ਹੋਣਾ। ਇੱਕ ਹੋਰ ਤਰੀਕੇ ਨਾਲ ਗੱਠੀ ਕਰਨ ਪਹਿਲੇ ਇਸਲੇ ਇਹ ਜਿਹੜੀਆਂ ਫਸਲਾਂ ਨਾ ਇਹਨੇ ਇੱਜਤਨੀਆਂ ਨਾ ਗੱਠੀਆਂ ਹੋਈਆਂ ਨਾ ਗੜੀ ਲਏ ਵੀ ਇਹਨਾਂ ਨੇ, ਇਹ ਗੱਠੀਆਂ ਗੱਠੀਆਂ ਇਸਲੇ ਕਰਨ ਉਸ ਪਹਿਲੀ ਬਾੜੀ 'ਚ ਜੋੜਨੇ, ਅਤੇ ਫਿਰ ਆਪਣੇ ਜਿਹੜੀਆਂ ਨਾ ਜਿਹੜੇ ਅੱਧੇ ਜੇ ਬਾਕੀ ਜੇ ਟਾਂਡੇ ਬਚਣੇ ਨਾ ਉਹਨੇ ਬਿਲਕੁਲ ਆਈਆਂ ਹੋਈਆਂ ਲਈ ਛੋਣਨ, ਪਤਾ ਚੱਲਣਾ ਹੋਣਾ ਬਈ ਘਾੜ ਹੈ। ਉਹ ਅਕਸਰ ਅਸੀਂ ਗ੍ਰਾਮ 'ਚ ਇਸਲੇ ਜੀ ਗੜੀਆਂ ਲਾਉਣੇ ਹੋਣੇ ਨੇ, ਫਿਰ ਉਹਨੇ ਗੱਠੀਆਂ ਕਰਨੇ, ਫਿਰ ਸਹੀ ਜੇ ਸੁੱਕੀ ਜਾਣੀਆਂ, ਸਹੀ ਬਿਲਕੁਲ ਜੇ ਸੁੱਕੀ ਜਾਣੀਆਂ ਫਿਰ ਉਹਨੇ ਕੱਟਣ ਮਸ਼ੀਨੇ ਨਾਲ, ਫਿਰ ਜੇ ਮੰਜਾ ਕੀ ਬਾਣੇ। ਉੱਧਰ ਜੀ ਪਾਰ ਸਾਹਮਣੇ ਗਏ ਖਲਤੀ ਵੀ ਹੈ, ਮੈਂ ਕਿਹੜੀ ਆ ਮੈਂ ਤੱਕੀ ਤਾਂ ਜਲੇ, ਮੈਂ ਅਕਸਰ ਇੱਧਰ ਰਚਨਾ ਹੋਣਾ ਤਾਂ ਪੱਕੀ ਮੈਂਕੜੀ ਹੋਣੀ ਆ, ਤੱਕੀ ਤਾਂ ਡੜੀ ਜਾਣੀ ਆ। ਔਰ ਉਸ ਸਾਈਡ ਜਿਹੜੇ ਨਾ ਬਾਜਰਾ ਜਿਹੜਾ ਉਹ ਕੋਣੀ ਕੱਪਿਆ, ਉਹ ਸ਼ਾਇਦ ਹੋਈ ਸਕਣਾ ਥੋੜ੍ਹਾ ਕੱਚਾ ਹੋਇਆ, ਇਹ ਵੀ ਹੋਈ ਸਕਣਾ ਜਾਂ ਨਾਲੋ ਨਾਲ ਫਿਰ ਕੱਟ ਸਨ। ਇਹ ਜਿਹੜੀਆਂ ਚੀਜ਼ਾਂ ਨਾ ਇਹ ਬੰਤੇ ਟਾਂਡੇ ਜੇ ਹਾਏ ਹਾਏ ਇਹਨਾਂ ਬੜੇ ਭੈੜੇ ਜੰਪ ਲੱਗਣੇ, ਅਤੇ ਜਿਹੜੇ ਟੁਰੋ ਹੱਸ ਕੇ ਤਾਂ ਮਕਾਈ ਨਹੀਂ ਫਸਲ ਜਦੋਂ ਕੱਟੀ ਹੋਇਆ ਇਸ ਤਰ੍ਹਾਂ ਟਾਂਡੇ ਬਚਣ, ਥੋੜ੍ਹੀ ਅਹਤਿਆਤ ਕਰਨੀ ਪੈਣੀ ਹੈ ਕਿਉਂਕਿ ਅਚਾਨਕ ਪੈਰ ਇਹਨਾਂ ਲੱਗੇ ਅਤੇ ਜ਼ਖਮੀ ਵੀ ਹੋ ਸਕਣਾ, ਬੜੀ ਸਖਤ ਬੰਦੇ ਲੱਗਣੀ ਹੈ ਜਾਂ ਜੁੱਤੇ 'ਚ ਵੀ ਬੜੀ ਸਕਣਾ ਬੂ ਭੈੜੀ ਇਸ ਨਹੀਂ ਲੱਗਣੀ ਹੈ, ਅਤੇ ਜਾਂ ਬੰਦਾ ਢੇ ਵੀ ਸਕਣਾ ਇਸ ਨਹੀਂ ਵਜ੍ਹਾ ਤੋਂ। ਔਰ ਇਸ ਸਾਈਡ 'ਚ ਗੜੀ ਲਾਈ ਵੀ ਹੈ ਅਲੱਦ ਅਲੱਦਾ, ਫਿਰ ਇੰਨਾ
ਇਹ ਜਿਹੜੀਆਂ ਨਾ ਇਹ ਜੇ ਟਾਂਡੇ ਨੇ ਇਹਨਾਂ ਕੀ ਸਾਰੀ ਜੋੜ ਸਨ ਇਕੱਠਾ ਕਰ ਸਨ ਅੱਜ ਫਿਲਹਾਲ ਇਹਨਾਂ ਇਸੇ ਕੀਤੇ ਆ ਔਰ ਇਹ ਜਿਹੜਾ ਨਾ ਅਸੀਂ ਨਾ ਇਹ ਆਬਾਦੀ ਨਾ ਪੂਰਾ ਜੰਗਲ ਬਣਤੇ ਆ ਔਰ ਜੀ ਪਾਰ ਸਾਹਮਣੇ ਕਬਰਸਤਾਨ ਵੀ ਤੁਸੀਂ ਨਜ਼ਰ ਆ ਰਹੇ ਹੋ ਸੀ ਉਹ ਪਾਰ ਸਾਹਮਣੇ ਕਬਰਸਤਾਨ ਵੀ ਆ ਸਨ ਬਾਕੀ ਮੈਂ ਟੁਰਨਾ ਲੱਗਿਆ ਹੁਣ ਇੱਥੋਂ ਜਿਹੜਾ ਟੁਰੋ ਤਾਂ ਹੁਣ ਲਾਜ਼ਮੀ ਤੱਕਣਾ ਪੈਣਾ ਅਗਰ ਧਿਆਨ ਤੁਸੀਂ ਆਪ ਰਹੇ ਤਾਂ ਟੁਰਨੇ ਹੋ ਬਹੁਤ ਹੈ ਅਚਾਨਕ ਜੰਪ ਲੱਗਣਾ ਤਾਂ ਬੰਦਾ ਢਹੀ ਵੀ ਸਕਣਾ ਇਹ ਪੈਰ ਜ਼ਖਮੀ ਹੋ ਸਕਣਾ ਇਹ ਤਕੀਕਣੋ ਇਹ ਬੜੀ ਖਤਰਨਾਕ ਚੀਜ਼ ਹੋਣੀ ਹੈ ਇਹ ਵੀ ਬਹੁਤ ਜ਼ਿਆਦਾ ਸਖਤ ਹੋਣੀ ਹੈ ਇਸ ਸਾਈਡ ਜਿਹੜੀ ਫਸਲ ਹੈ ਨਾ ਇਹ ਮਕਾਈ ਨਹੀਂ ਇਹ ਫਿਲਹਾਲ ਅੱਜ ਕੋ ਨਹੀਂ ਕੱਟੀ ਕਿਉਂਕਿ ਇਹ ਅੱਜ ਫਿਲਹਾਲ ਸਹੀ ਇਸਦਾ ਸੁੱਕੀ ਕੋਣੀ ਜਿਹੜੇ ਪੱਤੇ ਇਸ ਨਾ ਪੀਲੇ ਪੀਲੇ ਹੋ ਸਨ ਨਾ ਬਿਲਕੁਲ ਸਹੀ ਪੱਕੀ ਜਾ ਸੀ ਅਤੇ ਫਿਰ ਇਹ ਜਾਏ ਤਾਂ ਕਰ ਸਨ ਇਹ ਸ਼ਾਇਦ ਇਹ ਵੀ ਹੋ ਸਕਣਾ ਇੰਨਾ ਲੇਟ ਲਾਈ ਹੋਏ ਕਿਉਂਕਿ ਮੈਂ ਇਤਨਾ ਇਸ ਸਾਈਡ ਮੈਂ ਧਿਆਨ ਦਿੱਤੇ ਕੋਣੀ ਬਸ ਮੈਂ ਚਨਾੜਿਆ ਇਹ ਦੋ ਜਿਹੜੀਆਂ ਨਾ ਇਹ ਢੇਈ ਭੈਣ ਟਾਂਡੇ ਇਹ ਜਿਹੜੇ ਪੱਤੇ ਨੇ ਇਹ ਜਿਸ ਨੇ ਸੁੱਕੀ ਗਏ ਪਤਾ ਬਾਰਿਸ਼ ਲੈਣੀ ਨਹੀਂ ਇਹਨਾਂ ਦਿਹਾੜਿਆਂ 'ਚ ਬਹੁਤ ਜ਼ਿਆਦਾ ਤੇਜ਼ ਤੇਜ਼ ਹੋਰ ਮੌਸਮ ਵੀ ਜਿਹੜਾ ਚੇਂਜ ਹੋਣਾ ਜਾਣਾ ਸਰਦੀਆਂ ਦਾ ਮੌਸਮ ਬਚਣਾ ਜਾਣਾ ਅਤੇ ਹੁਣ ਐਸਾ ਨੈਕਸਟ ਮੰਥ ਵਿੱਚ ਸਰਦੀ ਜਿਹੀ ਜਾਣਾ ਉਹ ਜਾ ਸੀ ਫਿਰ ਜਲਸੀ ਲਾਇਆ ਕਿਸਮ ਬੰਦੇ ਵੈਸੇ ਮੈਂ ਗਰਮੀਆਂ ਹੀ ਪਸੰਦ ਹਨ ਸਰਦੀਆਂ ਇਤਨੀਆਂ ਕੋਣੀ ਜਿਹੜੇ ਜੀ ਗਰਮੀਆਂ ਆਈਆਂ ਫਿਰ ਉਸ ਟਾਈਮ 'ਚ ਮੈਂ ਮੰਦਾ ਹੋ ਗਿਆ ਸਾਂ ਗਰਮੀਆਂ ਮੈਂ ਇਤਨੀਆਂ ਕੋਣੀ ਫਿਰ ਪਸੰਦ ਇਸ ਵਾਰੀ ਆਈਆਂ ਅਤੇ ਬਹੁਤ ਜ਼ਿਆਦਾ ਗਰਮੀ ਸੀ ਮੌਸਮ ਨਾਲੇ ਚੇਂਜ ਹੋਣਾ ਫਿਰ ਐਸਾ ਐਸਾ ਬੰਦੇ ਬਿਮਾਰੀ ਲੱਗਣੀ ਹੈ ਅਤੇ ਬੰਦਾ ਬਿਮਾਰ ਹੋ ਜਾਣਾ ਬਾਕੀ ਸਮੈਲਰ ਵੀ ਜਾ ਰਹੇ ਨੇ ਕੁਦਰੇ ਪਠਾਨ ਵੀ ਆਏ ਮਨ ਕੁੱਥੇ ਜਾ ਰਹੇ ਹੋ ਕੁੱਥੇ ਜਾ ਰਹੇ ਹੋ ਕੁੱਥੇ ਜਾਸੋ ਮੈਂ ਕੁੱਥੇ ਜਾਸੋ ਜੀ ਕਾਲਜ ਗਰਾਊਂਡ ਵਿੱਚ ਇੱਥੋਂ ਤਾਂ ਕੋਈ ਰਾਹ ਜਾਣਾ ਉਹ ਪਿੱਛੇ ਰੋਡ ਹੈ ਸੀ ਉਸ ਰੋਡੇ ਪਰ ਜਾ ਵਰਨਾ ਇਹਨੇ ਸ਼ੌਕ ਚੜਿਆ ਇੱਥੋਂ ਜਾਣੇ ਨਾ ਇਹ ਸ਼ੈਤਾਨੀਆਂ ਵੀ ਬੜੀਆਂ ਕਰਨੇ ਪਾਰ ਸਾਹਮਣੇ ਜੀ ਖਲਤੀ ਵੀ ਹੈ ਇਹ ਗਾਈ ਜਿਹੜੀ ਹੈ ਸ਼ਰੋਕ ਵੇਨੇ ਨਹੀਂ ਮਹਿੰਕੀ ਜਿਹੜੀ ਹੈ ਜਿਹੜਾ ਮੈਂ ਇੱਧਰ ਕੋਣ ਖਲਤਿਆ ਸਾਂ ਤਾਂ ਉਸ ਕੋਣ ਇਤਨੀ ਮਹਿੰਕੀ ਸੀ ਜਾਂ ਭੁੱਖ ਲੱਗੀ ਹੋਈ ਹੈ ਇਸ ਤਾਂ ਜਾਂ ਮਹਿੰਕੜੀ ਲੱਗੀ ਹੋਈ ਹੈ ਬੂ ਦਾਦਾ ਕੋਲ ਜਾ ਜ਼ਰਾ ਨਾ ਮਾੜੀ ਨਾ ਜਾਏ ਵੈਸੇ ਤਾਂ ਸੁਣਤਾ ਇਹ ਕੋਣੀ ਮਾਰਨੀ ਮਾਦਰਾਂ ਰੱਖੀ ਹੋਈ ਹੈ ਗਾਈ ਜਿਹੜੀ ਹੈ ਮੈਂ ਸੁਣਤਾ ਸੀ ਨਾ ਘਰੇ ਨਾ ਕੋਈ ਜਾਨਵਰ ਜਿਹੜਾ ਕੋਈ ਮਾਰਨਾ ਛਾੜਨਾ ਕੋਣੀ ਹੈ ਹੋਰ ਤੱਕਣੇ ਆ ਇੰਟਰਾਏ ਕਰੀ ਕਿ ਨਹੀਂ ਆ ਮਾਰਨਾ ਆ ਕੋਣੀ ਉਹ ਮਾਰਨਾ ਹੈ ਉਹ ਮਗਰ ਲੱਗੀ ਫਿਰ ਜਾਣੇ ਕੋਲ ਇਸਨੇ ਆਲਾ ਠੀਕ ਹੈ ਆ ਬਾਕੀ ਕੋਣੀ ਮਾਰਨੀ ਮੈਂ ਡਰਨਾ ਲੱਗਿਆ ਸਾਂ ਮੂੰਹ ਬੁਨ ਕੜੀ ਛੋੜਿਆ ਸੀ ਸਟੈਚੂ ਬਣੀ ਗਈ ਹੈ ਇਸਨੇ ਸਿੰਘ ਮੈਂ ਲੱਗਣਾ ਅਜੇ ਕੋਣੀ ਮੋਲਿਆ
ਇਸ ਨਾਲ ਇੱਕ ਨਿੱਕਾ ਜਿਹਾ ਬੇਬੀ ਵੀ ਹੈ, ਉਹ ਮੱਲੂ ਇਸੇ ਨਾਲੇ ਨਾਲ ਇਸੇ ਜਿਹਾ ਜਿਹੀ ਸ਼ਕਲ ਹੈ। ਮਾਸ਼ਾਅੱਲਾ ਬਹੁਤ ਸੋਹਣਾ, ਉਹ ਤੁਸੀਂ ਅੱਗੇ ਵੀ ਦੱਸਿਆ ਸੀ, ਉਹ ਵੀ ਬਹੁਤ ਜ਼ਿਆਦਾ ਕਿਊਟ ਹੈ ਇਸੇ ਹਾਲ। ਮਾਸ਼ਾਅੱਲਾ ਵੱਲ ਸੋਹਣੀ, ਇੱਥੇ ਕੋਈ ਕਿਸੇ ਮੈਂਕੜੀ ਲੱਗੀ ਵੀ ਹੈ। ਔਰ ਮਾਸ਼ਾਅੱਲਾ ਇੱਥੇ ਕੋਲ ਬਾਗ ਲੱਗੇ ਆ, ਇਹ ਮਾਸ਼ਾਅੱਲਾ ਵੱਲ ਸੋਹਣਾ ਲੱਗੇ ਆ। ਔਰ ਇੱਥੇ ਮਾਲਟੇ ਵੀ ਲੱਗੇ ਹਨ, ਇਹ ਮੌਸਮੀ ਮਾਲਟੇ ਹਨ। ਵਾਹ ਜੀ ਵਾਹ, ਇਹ ਮਹਿੰਗੀ ਰਹੀ ਹੈ, ਆਣੀਆਂ ਮਿੱਕੀ ਖੋਲੋ। ਔਰ ਮਾਲਟੇ ਵੱਲ ਚੰਗੇ ਮਾਸ਼ਾਅੱਲਾ ਸਹੀ ਲੱਗੇ ਹਨ, ਅਤੇ ਇੰਨਾ ਵੀ ਨਿੱਕਾ ਜਿਹਾ ਬੂਟਾ ਲਾਇਆ ਸੀ ਤਾਂ ਹੁਣ ਮਾਸ਼ਾਅੱਲਾ ਫਲੀ ਤਾਂ ਬੜਾ ਹੋ ਗਿਆ। ਬੜੇ ਕੱਪੀ ਛੋੜੀਏ ਸਾਰੀ, ਅੱਛਾ ਇੱਕੇ ਕੱਪੀ ਹੈ, ਠੀਕ ਹੈ ਜੀ। ਉੱਥੇ ਕੋਲ ਜੀ ਬਹਾਲਕ ਰਾਣੀ ਕੋਠੀ ਵੀ ਚੜੀ ਹੋਈ ਹੈ। ਬਹਾਲਕ ਅੱਲਾ ਹੀ ਪਿਆਰੇ ਹੋਏ ਗਏ, ਅੱਲਾ ਉਹਨੇ ਜੰਨਤ ਫਿਰਦੋਸ ਵਿੱਚ ਅੱਲਾ ਉਹ ਬਾਲਾ ਮਕਾਮ ਤਾ ਫਰਮਾਇਆ। ਉਹਨਾਂ ਕਿ ਵੀ ਬੁਝਾ ਤਾਂ ਮਿਸ ਕਰਨਾ ਹੋਣਾ ਤਾਂ ਉਹਨੇ ਆਉਣਾ ਹੋਣਾ ਸਾਂ, ਜਦੋਂ ਤੁਸੀਂ ਪਾਕਿਸਤਾਨ ਹੱਸੋ ਤਾਂ ਫਿਰ ਤੁਸਾਂ ਨਾਲ ਵੀਡੀਓ ਬਣਾ ਸਾਂ। ਹੁਣ ਕੌਣ ਨਹੀਂ ਰਿਹਾ, ਅੱਲੇ ਪਿਆਰੇ ਹੋਏ ਗਏ। ਉਹਨਾਂ ਨੇ ਜਿਹੜੀ ਵੀ ਵੀਡੀਓ ਮੈਂ ਬਣਾਈ ਸੀ ਤਾਂ ਕਾਫੀ ਜ਼ਿਆਦਾ ਬੰਦਿਆਂ ਤੱਕਿਆ ਸੀ, ਜਿਨ੍ਹਾਂ ਤੱਕਿਆ ਵੀ ਆਇਆ ਸੀ ਉਹਨਾਂ ਨਾਲ ਬਹੁਤ ਜ਼ਿਆਦਾ ਸ਼ੁਕਰ ਗੁਜ਼ਾਰ ਹਾਂ। ਅਤੇ ਕਮ ਅਜ਼ ਕਮ ਕੋਈ 3 ਵੀਡੀਓ ਆਇਆ ਸਨ ਜਿਨ੍ਹਾਂ ਉੱਪਰ 1K ਪੈ ਗਿਆ ਸੀ। ਹੁਣ ਇਹ ਜੇ ਬੰਦੇ ਵੱਲ ਪਸੰਦ ਕਰਨੇ ਸਨ ਅਸੀਂ ਬਾਬਾ ਖਾਲਕ ਰਾਂ ਕੀ, ਔਰ ਉਹ ਜਿਹੜੇ ਨੇ ਪਰਿੰਦਿਆਂ ਨੇ ਸ਼ੌਕੀਨ ਸਨ। ਹਾਂ ਜੀ ਤੱਕ ਹੀ ਸਕਦੇ ਹੋ, ਗੜੀ ਜਿਹੜੀ ਲਈ ਸੀ ਇਹ ਜੀ ਟੀਪੀ ਹੈ, ਇਹ ਸਾੜੀ ਸੈਟੂ ਜਿਹੜੀ ਨਾ ਇਹ ਪੱਕੀ ਸੀ ਤਾਂ ਕੱਟੀ ਛੋੜੀ ਹੈ, ਅਤੇ ਇਹ ਅਜੇ ਫਿਲਹਾਲ ਇੱਕੋ ਨਹੀਂ ਤਿਆਰ ਹੋ ਸੀ ਤਾਂ ਫਿਰ ਕੱਟ ਸਨ, ਅਜੇ ਥੋੜ੍ਹੀ ਕੱਚੀ ਹੈ। ਹੁਣ ਜੀ ਅਸ਼ਕਨ ਦੀ ਆਪਾਂ ਚੜ੍ਹਿਆ ਤਿਆਰ ਕਰੀ ਟੁਰਨਾ, ਮੈਂ ਅਚਾਨਕ ਐਂ ਜੰਪ ਲੱਗਿਆ, ਪੈਰ ਫਿਸਿਆ ਤਾਂ ਟੇਨ ਨਾ ਪਿਆ, ਫਿਰ ਨਾਲ ਨਾਲ ਤੱਕਣਾ ਅਤੇ ਨਾਲ ਵੀਡੀਓ ਬਣਾਉਣਾ। ਇਹ ਵੀ ਢੇ ਪਿਆ ਨਾ, ਬਾਰਿਸ਼ਾਂ ਇਹ ਬਹੁਤ ਜ਼ਿਆਦਾ ਤੇਜ਼ ਲੈਣੀ ਆ ਰਹੀਆਂ ਹਨ। ਅਚਾਨਕ ਰਾਤੀ ਲੱਥੀ ਸੀ ਬਾਰਿਸ਼, ਇਹਨਾਂ ਧਿਆਨ 'ਚ ਲੈਣੀ ਰਹੀ ਹੈ। ਕੱਲ੍ਹ ਲੱਥੀ ਸੀ, ਹਾਂ ਕੱਲ੍ਹ ਜੀ ਬਾਰਿਸ਼ ਲੱਥੀ ਸੀ ਬਹੁਤ ਜ਼ਿਆਦਾ ਤੇਜ਼, ਅਚਾਨਕ ਜੀ ਰਾਤੀ ਤੂਫਾਨ ਆਇਆ। ਇਹ ਜਿਹੜੇ ਨਾ ਟਾਂਡੇ ਆ ਹੁਣ ਇਹ ਸਾਰੇ ਜਿਹੜੇ ਨਾ ਢੇ ਪਏ, ਅਤੇ ਕਾਫੀ ਬੰਦਿਆਂ ਨਾਲ ਸਾਨੂੰ ਨੁਕਸਾਨ ਹੋਇਆ ਬਾਈ, ਢੇ ਪਈਆਂ ਅਤੇ ਫਿਰ ਢੇਣੀਆਂ ਨੇ ਜਿਹੜੇ ਪੱਤੇ ਨਾ ਫਿਰ ਸਾਰੇ ਪੀਲੇ ਹੋ ਜਾਣੇ, ਸੁੱਕੀ ਜਾਣੇ। ਬਾਕੀ ਇੱਧਰ ਵੀ ਕੋਠੀ ਤਿਆਰ ਹੋ ਰਹੀ ਹੈ, ਅਸਾਂ ਰਿਸ਼ਤੇਦਾਰਾਂ ਨੇ ਇੰਗਲੈਂਡ ਵਿੱਚ ਰਹਿੰਦੇ ਹਨ, ਬੜੀ ਜ਼ਬਰਦਸਤ ਕੋਠੀ ਤਿਆਰ ਕਰਵਾਏ ਰਹੇ ਹਨ। ਬਹਾਲਕ ਰਾਣੀ ਕੋਠੀ ਕੋਲ ਪਹੁੰਚੀ ਆਇਆ, ਅਤੇ ਪਾਪੇ ਅਬੂ ਬੱਕਰ ਰਾਣੀ ਵੀ ਕੋਠੀ ਨਜ਼ਰ ਆ ਰਹੀ ਹੈ ਪਹਾੜ ਸਾਹਮਣੇ। ਆਏ ਹਾਏ ਉੱਪਰ ਧਿਆਨ ਰੱਖਿਆ ਅਤੇ ਮੈਂ ਟੁਰਨਾ ਲੱਗਿਆ ਕੜੀ ਕੜੀ, ਇਹ ਆਸਰੇ ਆਸਰੇ ਮਾਏ ਪੈਰਾਂ ਨਾਲ ਲੱਗਣ, ਇਹਨਾਂ ਇਹਤਿਆਤ ਕਰਨੀ ਚਾਹੀਦੀ ਹੈ। ਅਤੇ ਮੈਂ ਨਾਲ ਨਾਲ ਤੱਕਣਾ ਅਤੇ ਇਹ ਇੱਕ ਵਾਰੀ ਭੰਗ ਫਰਜ਼ ਕੀਤਾ, ਜੁੱਤੀਆਂ ਜਿਹੜੀਆਂ ਲਾਹੀਆਂ ਇੱਥੇ ਟੁਰਾਉਣਾ, ਫਿਰ ਪੈਰਾਂ 'ਚ ਉਹ ਲੱਗਿਆ ਨਾ ਉਹ ਲੱਗਿਆ ਨਾ ਚੀਹਾਂ ਨਿਕਲੀ ਜਾਣ, ਬੜੀ ਖਤਰਨਾਕ ਚੀਜ਼ ਹੈ। ਪੈਰਾਂ ਨਾਲ ਕਬਾੜਾ ਕੜੀ ਛੋਣੀ ਹੈ ਕੁਹਾੜੀ ਅਗਰ ਬੰਦੇ ਲੱਗੀ ਜਾ। ਔਰ ਇੱਥੇ ਜੀ ਕੰਮ ਹੋਣਾ ਲੱਗਿਆ, ਪਲਸਤਰ ਜਿਹੜਾ ਨਾ ਸਾੜਾ ਹੋ ਗਿਆ ਸੀ, ਹੋਰ ਜਿਹੜੇ ਫੱਟੇ ਲਾਏ ਸਨ ਜਿਹੜੇ ਉਹ ਬਾਣੇ ਨਾਲ ਲੈਂਟਰ, ਫਿਰ ਫੱਟੇ ਚਾਹੀਦੇ ਹੋਣੇ ਨੇ ਉਹ ਲਾਣੇ ਹੋਣੇ ਨੇ ਇਸ ਤਰ੍ਹਾਂ ਕੁਝ, ਉਹ ਹੁਣ ਇਹਨਾਂ ਲਾਈ ਛੋੜੇ ਫੱਟੇ, ਅਤੇ ਹੁਣ ਇਹ ਜਲਦ ਤਿਆਰ ਹੋਈ ਜਾ ਸੀ। ਇਹ ਪਿਛਲੇ ਸਾਲ ਹੀ ਕਿਤੇ ਇੱਧਰ ਤਿਆਰ ਕਰਨੇ ਲੱਗੇ ਸਨ 8ਵੇਂ ਮਹੀਨੇ 'ਚ, 8ਵੇਂ ਮਹੀਨੇ 'ਚ ਜਗ੍ਹਾ ਥੋੜ੍ਹੀ ਖੋਦੀ ਹੈ ਵਿੱਚ ਇੱਟਾਂ ਛਿੱਟਾਂ ਲਈਆਂ, ਅਤੇ ਫਿਰ ਸਰਦੀਆਂ 'ਚ ਸੀ ਸਹੀ ਤਰ੍ਹਾਂ ਪੂਰੀ ਤਵੱਜੋ ਨਾਲ ਜੀ ਸਮਾਨ ਸ਼ਾਨ ਅੰਦਾ, ਅਤੇ ਫਿਰ ਇਹਨਾਂ ਇੱਟਾਂ ਛਿੱਟਾਂ ਲਈਆਂ ਅਤੇ ਸਹੀ ਤਰ੍ਹਾਂ ਕੋਠੀ ਹੈ ਤਿਆਰ ਹੀ ਹੈ, ਬਸ ਥੋੜ੍ਹਾ ਸੀਮਟ ਲਾਉਣਾ।
ਅੱਜ ਇਹ ਜੀ ਮੁਕੰਮਲ ਤਿਆਰ ਵੀ ਨਹੀਂ ਹੈ, ਇਤਨੇ ਜ਼ਿਆਦਾ ਤਿਆਰ ਕੋਣੀ ਅੱਜ ਅੱਜ ਥੋੜ੍ਹੀ ਤਿਆਰ ਆ, ਅਜੇ ਸਿਮਟ ਰਹਿਣਾ ਇੱਥੇ ਕਾਫੀ ਜਗ੍ਹਾ ਪਰ, ਔਰ ਜਿਹੜਾ ਫਰਸ਼ ਹੈ ਨਾ ਉਹ ਵੀ ਅਜੇ ਥੋੜ੍ਹਾ ਰਹਿਣਾ, ਉਹ ਕਿਉਂਕਿ ਤਿਆਰ ਕਰਵਾ ਸਨ ਕਲਰ ਸ਼ਲਰ ਕਰਵਾ ਸਨ ਫਿਰ ਜ਼ਬਰਦਸਤ ਹੋਈ ਜਾ ਸਕ। ਇੱਥੇ ਵੀ ਗੜੀ ਲੱਗੀ ਵੀ ਹੈ ਵੱਲ ਬੜੀ ਜੀ, ਇਹ ਤਾਂ ਕੀ ਸਕਣੇ ਖਮਾਂ ਵੀ ਹਨ ਇਹ ਕੱਚੀਆਂ, ਔਰ ਇਹ ਜਿਹੜੇ ਨਾ ਅਸਾਂ ਨੇ ਗਾਉਂ ਵਾਲੇ ਬੰਦੇ ਜਿਹੜੇ ਨਾ ਗ੍ਰਾਂ ਵਾਲੇ ਜਿਹੜੀ ਇਹ ਖੁੰਮ ਹੋਣੀ ਹੈ ਨਾ ਪੱਕੀ, ਮੈਂ ਤਾਂ ਆਉਣਾ ਸਾਂ ਪੋਪਕੋਰਨ ਬਣੇ ਤਾਂ ਖਾਣੇ ਨੂੰ, ਔਰ ਇਸਨੇ ਤੋਂ ਇਲਾਵਾ ਇਹ ਜਿਹੜੇ ਬਚਣੇ ਨਾ ਦਾਣੇ ਇਹਨੇ ਕੁਝ ਘਾਹ ਰੱਖਣੇ ਅਤੇ ਕੁਝ ਉਹ ਦਾਣੇ ਪੋਪਕੋਰਨ ਬਣੇ ਤਾਂ ਖਾਣੇ ਨੇ, ਕੁਝ ਜਿਹੜੇ ਨਾ ਇਹਨੇ ਇਹਨਾਂ ਭੁਰਨੇ ਨਾ ਚੰਗਾ ਛਿੱਲਣੇ ਨਾ ਦਾਣੇ ਛਾਣੇ ਕੱਢਣੇ ਨੇ ਫਿਰ ਜਾਂ ਬਾਜ਼ਾਰ ਵੇਚਣੇ ਜਾਂ ਆਪਣੀ ਬਾੜੀ ਵਾਸਤੇ ਰੱਖਣੇ ਨੇ। ਉਹ ਪਹਿਲੀ ਬਾੜੀ 'ਚ ਵੀ ਮੋਲੀ ਆਈ ਹੈ, ਉਹ ਪਾਰ ਸਾਹਮਣੇ ਜਿਹੜੀ ਹੈ ਉੱਥੇ ਫਿਰ ਮੋਲੀ ਆਈ ਹੈ, ਇੱਥੇ ਜੀ ਨਾਲਿਆਂ ਪਰ ਬੀਂ ਲੱਗੇ ਹਨ, ਇੱਕ ਵਾਰੀ ਸੱਟੀ ਛੋੜਾ ਮੋਲੀ ਜਾਸੀ ਮੋਲੀ ਜਾਸੀ, ਇਹ ਜੀ ਕੜੀ ਕੜੀ ਮੋਲੀ ਅਛਣੀ ਹੈ, ਇੱਕ ਵਾਰੀ ਸੁਣਾ ਬੀ ਤੇ ਅਤੇ ਮੋਲੀ ਅਛਣੀ ਹੈ। ਅੱਜ ਇੱਧਰ ਸਾਹ ਤੱਕ ਹੀ ਸਕਣੇ ਹੋ ਜੀ, ਅਸੀਂ ਗ੍ਰਾਂ ਦੇ ਬੰਦਿਆਂ ਜਿਹੜੀਆਂ ਮਕਾਈ ਕੱਟੀ ਹੈ ਅਤੇ ਹੁਣ ਜਿਹੜੀ ਖੁੰਮ ਪੱਕੀ ਵੀ ਲੱਗੀ ਸੀ ਉਸ ਕੀ ਇੰਨਾ ਬਾਹਰ ਕੱਢੀ ਜਾਂਦਾ ਹੈ ਵੱਲ ਸਾਣੀਆਂ, ਔਰ ਜੀ ਉੱਥੇ ਵੀ ਫਸਲਾਂ ਜੀ ਕੱਟਣੇ ਲੱਗੇ ਹਨ, ਨਾਲੋ ਨਾਲ ਜੀ ਲਾਉਣੇ ਲੱਗੀਆਂ ਗੜੀਆਂ, ਉੱਥੇ ਪਹਾੜ ਕੱਟੀ ਛੋੜੀਆਂ ਹਨ, ਅਜੇ ਕੁਝ ਕੁਝ ਰਹਿਣੀਆਂ ਜਿਹੜੀਆਂ ਘੋਣੀ ਬੰਦਿਆਂ ਕੱਢੀਆਂ ਕੁਝ ਕੁਝ ਨਾਲ ਨਾਲ ਕੱਟਣੇ ਲੱਗੀਆਂ ਹਨ। ਇਹ ਗੜੀ ਜਿਹੜੀ ਆ ਬਿਲਕੁਲ ਸਹੀ ਤਰ੍ਹਾਂ ਇਹਨਾਂ ਲਾਏ ਵੀ ਹੈ, ਨਾਲੇ ਰੱਸਾ ਵੀ ਲਾਇਆ ਸ਼ਾਇਦ ਉਹਨਾਂ ਪਿਛਲੇ ਲਾਇਆ ਉਸਦੀ ਆ ਕੁੜੀ, ਇਹ ਘਾਹ ਨਾਲ ਰੱਸਾ ਬਣਾਇਆ, ਇਹ ਵੀ ਵੱਲ ਸਖਤ ਹੋਣਾ। ਅਸਾਂ ਜੀ ਪਹਿਲੇ ਪਹਿਲੇ ਖੇਡਣੇ ਹੋਣੇ ਸਾਂ, ਅਸਾਂ ਜੀ ਛੱਪਣ ਛੁਪਾਈ ਵੱਲ ਮਸ਼ਹੂਰ ਖੇਡ ਹੈ, ਅਕਸਰ ਜੇ ਬੱਚੇ ਖੇਡਣੇ ਹੋਏ ਉਸ ਨਾਲ, ਹੁਣ ਤੱਕ ਆਉਣਾ ਨਿੱਕੇ ਹੋਣੇ ਖੇਡਣੇ ਹੋਣੇ ਅਸਾਂ, ਜਿਹੜੇ ਛੁੱਪਣੇ ਵਾੜੀ ਹੋਣੀ ਸੀ ਅਸਾਂ ਜੀ ਇੰਨਾ ਗੜੀਆਂ ਛੁੱਪੀ ਜਾਣੇ ਹੋਣੇ ਅਸਾਂ, ਹੈ ਬਿਲਕੁਲ ਇਸ ਰਿਹਾ ਅੰਦਰ ਜਾਣੇ ਹੋਣੇ ਅਸਾਂ ਇਹਨਾਂ ਨੇ, ਇੰਨਾ ਵਿੱਚ ਛੁੱਪੀ ਜਾਣੇ ਹੋਣੇ ਅਸਾਂ ਉਸ ਰਿਹਾ ਅਸਾਂ, ਇਹਬੂ ਸਖਤ ਹੋਈ ਵੀ ਉਹ ਨਾਜ਼ਕ ਜੀ ਥੋੜ੍ਹੀ ਹੋਣੀ ਸੀ ਤਾਂ ਉਸਨੂੰ ਅਸਾਂ ਛੁੱਪੀ ਜਾਣੇ, ਜਿਸੇ ਉਹ ਹੋਈ ਗਈ ਉੱਥੋਂ ਹੀ ਨਾਜ਼ਕ ਜੀ ਹੈ, ਇਸੇ ਜਗ੍ਹਾ ਬਣਾਈ ਹੋਣੀ ਸੀ ਤਾਂ ਫਿਰ ਅਸਾਂ ਜੀ ਲੱਪੜਾਣੇ ਕੋਣ ਆਉਣਾ ਸਾਂ, ਇੱਕ ਬੰਦਾ ਆਉਣਾ ਸੀ ਪੱਕਣੇ ਲਾ ਅਤੇ ਇੱਕ ਆਉਣਾ ਸੀ ਛੁੱਪਣੇ ਲਾ। ਇਹ ਜੀ ਤੁਸੀਂ ਤੱਕ ਹੀ ਸਕਣੇ ਹੋ, ਇਸ ਤਰ੍ਹਾਂ ਨਹੀਂ ਗੜੀਆਂ ਹੋਣੀਆਂ ਸਨ ਜਿੱਥੇ ਜੀ ਅਸਾਂ ਛੁੱਪਣੇ ਹੋਣੇ ਸਾਂ, ਇਹ ਬਿਲਕੁਲ ਇਸਰੇ ਵਿੱਚ ਬਣਨੇ ਹੋਣੇ ਸਾਂ, ਇੱਥੇ ਬਣੀਆਂ ਬਣੀਆਂ ਅੱਗੇ ਨਸੀ ਜਾਣੇ ਹੋਣੇ ਸਾਂ, ਹੁਣ ਬੜੋ ਤਾਂ ਇਸਨੇ ਬੜਨ ਹੀ ਨਹੀਂ ਹੋਣਾ ਉਸ ਜੋੜ ਅਸਾਂ ਛੁੱਪੀ ਜਾਣੇ ਹੋਣੇ ਸਾਂ। ਹੁਣ ਜੀ ਇਹ ਖੇਡ ਜਿਹੜੇ ਬੂਹ ਘੱਟ ਹੋਏ ਵੇ ਨਿੱਕੇ ਹੋਣੇ ਲੈ, ਅਸਾਂ ਵੀ ਖੇਡਣੇ ਰਹੇ ਹਾਂ ਪਰ ਇਸੇ ਨਿੱਕੇ ਹੋਣੀ ਉਹ ਜੀ ਅਸਾਂ ਜੀ ਉਸੇ ਫੋਨ ਛੂਨ ਕੋਣੀ ਚਾਹੇ ਨਾ ਘੜੇ ਲਿਆ ਇਸਰੇ ਦਿੱਤੇ ਹਨ, ਅਤੇ ਫੋਨ ਵੀ ਮਿਕੀ ਅਦੂ ਲੱਭਿਆ ਪਹਿਲੀ ਵਾਰੀ ਲੱਭਿਆ ਸੀ ਅੱਠਵੀਂ ਕਲਾਸ 'ਚ, ਉਹ ਸੈਮਸੰਗ ਨਿੱਕਾ ਜਿਹਾ, ਫਿਰ ਲੱਭਿਆ ਸੀ ਕਿਉਂ ਮੋਬਾਈਲ ਇਨਫੈਨਿਟੀ, ਫਿਰ ਇਹ ਜੀ ਆਈ ਲੱਭਾ ਸੀ ਉਸੇ ਜੀ, ਪਹਿਲੇ ਅਸਾਂ ਇਸ ਤਰ੍ਹਾਂ ਨੇ ਖੇਡ ਖੇਡਣੇ ਹੋਣੇ ਸਾਂ, ਅਤੇ ਹੁਣ ਅੱਜ ਕੱਲ੍ਹ ਬੁੱਕ ਘੱਟ ਹੀ ਹਨ ਜਿਹੜੇ ਇਸ ਤਰ੍ਹਾਂ ਨੇ ਖੇਡ ਖੇਡਣੇ ਹਨ, ਪਸੰਦ ਕੋਈ ਨਹੀਂ ਕਰਨਾ ਬਲਕਿ ਜੀ ਫੋਨਾਂ ਪਰ ਲੱਗੇ ਰਹੇ ਨੇ। ਹੋਰ ਠੀਕ ਹੋ? ਆਲਾ ਜੀ ਇਸ ਵੇਲੇ ਮੈਂ ਮੌਜੂਦ ਹਾਂ ਜੀ ਕਮਰ ਨੀ ਬਾੜੀ 'ਚ, ਕਮਰ ਹੈ ਤੂੰ ਖੁੰਮਾਂ ਘੜੀਆਂ? ਆਲਾ ਠੀਕ ਹੈ ਠੀਕ ਹੈ ਜੀ, ਸਾਂ ਖੇਡਣੇ ਹੋਣੇ ਹੋ ਇੱਧਰ ਛੁੱਪਣ ਛੁਪਾਈ ਇੱਧਰ ਕੋਲ, ਅੱਛਾ ਛੱਪਣੇ ਕੁਦਰ ਹੋਣੇ ਇੱਧਰ ਛੁੱਪਣੇ ਹੋਣੇ ਆ ਕੋਣਾ ਹੈ, ਬੜੀ ਗੱਲ ਹੈ ਅਲੱਗ ਤੁਸੀਂ ਛੁੱਪਣੇ ਹੋ। ਅੱਛਾ ਜੀ ਹੁਣ ਵੈਸੇ ਇਹ ਘੱਟ ਹੋਏ ਮੈਨੂੰ ਖੇਡਣੇ, ਜ਼ਿਆਦਾਤਰ ਬੱਚੇ ਜਿਹੜੇ ਨਾ ਫੋਨਾਂ ਪਰ ਚੜੇ ਰਹੇ ਨੇ, ਚਲੋ ਚੰਗੀ ਗੱਲ ਹੈ ਨਾ ਠੀਕ ਹੈ, ਉਹਨਾਂ ਅਸਾਂ ਵੀ ਕੋਣਾ ਨਾ ਇਸਰੇ ਸ਼ੌਕ ਹੋਣਾ ਸੀ ਪਰ ਘੜੇ ਨੇ ਇਸ ਨਹੀਂ ਦਿੱਤਾ, ਫੋਨ ਹੀ ਆਏ ਸਨ ਕੁਦਰੇ 2003 ਵਿੱਚ ਟੱਚ ਮੋਬਾਈਲ ਇਸ ਤਰ੍ਹਾਂ ਨੇ ਪਹਿਲੇ ਉਸਰੇ ਹੋਣੇ ਹੀ ਕੋਣੀ ਸਨ, ਜਦੋਂ ਮੈਂ ਥੋੜ੍ਹਾ ਨਿੱਕਾ ਸਨ ਵੱਲ 6-7 ਨੂੰ ਆਇਆ ਉਸਨੇ ਨਿੱਕੇ ਨਿੱਕੇ ਹੋਣੇ ਸਨ ਸੈਮਸੰਗ ਥੋੜ੍ਹੇ ਥੋੜ੍ਹੇ ਬੜੇ ਹੋਣੇ ਸਨ ਟੱਚ, ਫਿਰ ਆਹਿਸਾ ਆਹਿਸਾ ਬੜੇ ਬੜੇ ਮੋਬਾਈਲ ਹਨ। ਅੱਛਾ ਹੋਰ ਕੁਝ ਨਹੀਂ?
ਅੱਛਾ ਮਾਸਾ ਪਰ ਕੱਟੀ ਬਣੀ ਫਿਰ ਕੱਟੀ ਮਾਰਨੀ ਕੋਈ ਮਾਤ ਗਈ ਹੁਣ ਮਿੱਕੀ ਵੀ ਆਹਿਸਤਾ ਆਹਿਸਤਾ ਡਰ ਖਤਮ ਹੋਣਾ ਚਾਹੁੰਦਾ ਹੈ ਹੁਣ ਪਿੱਛੇ ਇੱਕ ਹਲਾਰ ਸਾਨੂੰ ਨਾ ਬਾਈ ਹੈ ਬਾਈ ਹੈ ਕੋਈ ਮਾਰਨੀ ਹੈ ਵੈਸੇ ਮੂੰਹ ਲਾਉਣੀ ਹੈ ਅੱਛਾ ਠੀਕ ਹੈ ਹੁਣ ਮੈਂ ਸਮਝ ਲੱਗੀ ਗਈ ਹੈ ਉਮੀਦ ਹੈ ਤੁਸੀਂ ਮਾਰੀ ਆਰਨੀ ਵੀਡੀਓ ਲਾਜ਼ਮੀ ਪਸੰਦ ਆਇਓ ਸੀ ਮਿਲ ਸਕਾ ਕੱਲ੍ਹ ਇੱਕ ਨਵੀਂ ਵੀਡੀਓ ਨਾਲ ਅੱਲਾ ਸਵਰਨ ਵਾਲੇ